ਆਪਾਂ ਪੰਜਾਬੀ ਬਾਹਰ ਬੈਠੇ ਹੁੰਦੇ ਸੀ ਸਾਨੂੰ ਹੁੰਦਾ ਸੀ ਆਪਣੇ ਪੰਜਾਬ 'ਚ ਕੀ ਹੋ ਰਿਹਾ ਅਤੇ ਜਦੋਂ ਗੱਲਬਾਤ ਹੋਣੀ ਕਹਿਣਾ ਕਿ ਕਿਉਂ ਨਹੀਂ ਮਤਲਬ ਉਦੋਂ ਪਿਛਲੀ ਵਾਰ ਸਾਨੂੰ ਬੜਾ ਸੀਗਾ ਕਿ ਸਾਡੀ ਮਤਲਬ ਜਿੱਦਾਂ ਆਮ ਆਦਮੀ ਪਾਰਟੀ ਆਊਗੀ ਅਤੇ ਚੇਂਜ ਹੋਊਗਾ ਹੁਣ ਪਾਰਟੀ ਆ ਗਈ ਅਤੇ ਕਾਫੀ ਚੀਜ਼ਾਂ ਤੁਸੀਂ ਦੇਖ ਰਹੇ ਹੋ ਜਿੱਦਾਂ ਮਾਨ ਸਾਹਿਬ ਨੇ ਉੱਥੇ ਚੀਰੀ ਵਾਲੀ ਫੈਕਟਰੀ ਆ ਜਿਹੜੀ ਉਹ ਬੰਦ ਕਰਾਈ ਲੋਕਾਂ 'ਚ ਕਿੰਨਾ ਖੁਸ਼ੀ ਦਾ ਮਾਹੌਲ ਆ ਬਿਜਲੀ ਦੇ ਬਿੱਲ ਜਿਹੜੇ ਉਹ ਸਾਰਿਆਂ ਦੇ ਜ਼ੀਰੋ ਆ ਰਹੇ ਆ ਕਿੰਨੇ ਖੁਸ਼ ਨੇ ਮੁਹੱਲਾ ਕਲੀਨਿਕ ਕਿੰਨੇ ਖੁੱਲ੍ਹ ਚੁੱਕੇ ਆ ਉਹਦੇ ਵਾਸਤੇ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਜੀ ਹੁਣ ਦੇਖੋ ਜੀ ਸਾਡੀ ਪਾਰਟੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਸਿਖਾਇਆ ਕੱਟਰ ਇਮਾਨਦਾਰ ਕੱਟਰ ਇਮਾਨਦਾਰ ਸੀਗੇ ਹੈਗੇ ਅਤੇ ਰਹਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਰਮਨੀਕ ਸਿੰਘ ਲੱਕੀ ਰੰਧਾਵਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਖ ਵੱਖ ਅਹੁਦਿਆਂ 'ਤੇ ਰਹੇ ਅਤੇ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਸਿਆਸੀ ਜੀਵਨ ਬਾਰੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਠੀਕ ਹੋ ਰੰਧਾਵਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦਾ ਚੇਅਰਮੈਨ ਬਣਾਇਆ ਜੀ ਥੈਂਕ ਯੂ ਸੋ ਨਾਈਸ ਆਫ ਯੂ ਸਿਆਸੀ ਸਫ਼ਰ ਬਾਰੇ ਤੁਹਾਡੀ ਗੱਲ ਕਰਦੇ ਹਾਂ ਸਿਆਸੀ ਸਫ਼ਰ ਕਿਵੇਂ ਸ਼ੁਰੂ ਹੋਇਆ ਕਿੱਦਾਂ ਇਹ ਤੁਸੀਂ ਸਾਰਾ ਸੋਚਿਆ ਕਿ ਸਿਆਸਤ 'ਚ ਆਇਆ ਜਾਵੇ ਮੇਰੀ ਕੁਲਦੀਪ ਸਿੰਘ ਧਾਲੀਵਾਲ ਜੀ ਨਾਲ ਇੱਥੇ ਮੀਟਿੰਗ ਹੋਈ ਉਹਨਾਂ ਨੇ ਕਿਹਾ ਕਿ ਆਉਣਾ ਚਾਹੀਦਾ ਆ ਮਤਲਬ ਇਫ ਯੂ ਵਾਂਟ ਟੂ ਡੂ ਸਮਥਿੰਗ ਜੇ ਆਪਾਂ ਨੂੰ ਚੇਂਜ ਕਰਨਾ ਪੰਜਾਬ ਨੂੰ ਲੈਟਸ ਜੇ ਨੌਜਵਾਨ ਨਹੀਂ ਆਉਣਗੇ ਤਾਂ ਕੌਣ ਆਊਗਾ ਤੁਹਾਡਾ ਸਵਾਲ ਕੱਢਦਾ ਤੁਸੀਂ ਕਿਹਾ ਬਾਹਰੋਂ ਗੱਲ ਹੁੰਦੀ ਸੀ ਇਹਦਾ ਮਤਲਬ ਤੁਸੀਂ ਵਿਦੇਸ਼ 'ਚ ਸੀਗੇ ਪਹਿਲਾਂ ਹਾਂਜੀ ਪਹਿਲਾਂ ਮੈਂ ਕੈਨੇਡਾ ਰਿਹਾ ਜੀ ਮੈਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹਾਂ ਅਤੇ ਆਈ ਸਟੇਡ ਆਲਮੋਸਟ 7 to 8 ਈਅਰਸ ਓਵਰ ਦੇਅਰ ਬੜਾ ਤਾਜੁਬ ਵਾਲੀ ਗੱਲ ਹੈ ਤੁਸੀਂ ਕੈਨੇਡਾ ਛੱਡ ਕੇ ਪੰਜਾਬ ਆਏ ਸਿਆਸਤ ਜੁਆਇਨ ਕੀਤੀ ਇਹਦੇ ਪਿੱਛੇ ਤੁਹਾਨੂੰ ਮੋਟੀਵੇਟ ਕੀਤਾ ਕੁਲਦੀਪ ਧਾਲੀਵਾਲ ਤੁਸੀਂ ਦੱਸ ਰਹੇ ਹਾਂਜੀ ਹਾਂਜੀ ਬਿਲਕੁਲ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਮੋਟੀਵੇਟ ਕੀਤਾ ਜੀ ਅਤੇ ਉਹਨਾਂ ਨਾਲ ਗੱਲਬਾਤ ਹੋਣੀ ਉਹਨਾਂ ਨੇ ਮੈਂ ਜਿੱਦਾਂ ਆਪਾਂ ਪੰਜਾਬੀ ਬਾਹਰ ਬੈਠੇ ਹੁੰਦੇ ਸੀ ਸਾਨੂੰ ਹੁੰਦਾ ਸੀ ਆਪਣੇ ਪੰਜਾਬ 'ਚ ਕੀ ਹੋ ਰਿਹਾ ਅਤੇ ਜਦੋਂ ਗੱਲਬਾਤ ਹੋਣੀ ਕਹਿਣਾ ਕਿ ਕਿਉਂ ਨਹੀਂ ਮਤਲਬ ਉਦੋਂ ਪਿਛਲੀ ਵਾਰ ਸਾਨੂੰ ਬੜਾ ਸੀਗਾ ਕਿ ਸਾਡੀ ਮਤਲਬ ਜਿੱਦਾਂ ਆਮ ਆਦਮੀ ਪਾਰਟੀ ਆਊਗੀ ਅਤੇ ਚੇਂਜ ਹੋਊਗਾ ਅਤੇ ਉਦੋਂ ਪਾਰਟੀ ਨਹੀਂ ਆਈ ਉਦੋਂ ਚਲੋ ਕਾਂਗਰਸ ਆ ਗਈ ਅਤੇ ਫਿਲਹਾਲ ਚਲੋ ਹੁਣ ਪਾਰਟੀ ਆ ਗਈ ਅਤੇ ਕਾਫੀ ਚੀਜ਼ਾਂ ਤੁਸੀਂ ਦੇਖ ਰਹੇ ਹੋ ਜਿੱਦਾਂ ਮਾਨ ਸਾਹਿਬ ਨੇ ਆ ਕੱਲ੍ਹ ਉੱਥੇ ਚੀਰੀ ਵਾਲੀ ਫੈਕਟਰੀ ਆ ਜਿਹੜੀ ਉਹ ਬੰਦ ਕਰਾਈ ਲੋਕਾਂ 'ਚ ਕਿੰਨਾ ਖੁਸ਼ੀ ਦਾ ਮਾਹੌਲ ਆ ਬਿਜਲੀ ਦੇ ਬਿੱਲ ਜਿਹੜੇ ਉਹ ਸਾਰਿਆਂ ਦੇ ਜ਼ੀਰੋ ਆ ਰਹੇ ਆ ਕਿੰਨੇ ਖੁਸ਼ ਨੇ ਮੁਹੱਲਾ ਕਲੀਨਿਕ ਕਿੰਨੇ ਖੁੱਲ੍ਹ ਚੁੱਕੇ ਆ ਉਹਦੇ ਵਾਸਤੇ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਜੀ ਹੁਣ ਜਿਵੇਂ ਮੈਂ ਆਪਣੇ ਇੰਟਰੋਡਕਸ਼ਨ 'ਚ ਵੀ ਕਿਹਾ ਤੁਸੀਂ ਆਮ ਆਦਮੀ ਪਾਰਟੀ ਦੇ ਵੱਖ ਵੱਖ ਅਹੁਦਿਆਂ 'ਤੇ ਰਹੇ ਤੁਸੀਂ ਥੋੜ੍ਹਾ ਜਿਹਾ ਡਿਸਕ੍ਰਾਈਬ ਕਰੋਗੇ ਮਤਲਬ ਤੁਸੀਂ ਰੂਟ ਲੈਵਲ ਤੋਂ ਸ਼ੁਰੂ ਕਰਕੇ ਇੱਥੋਂ ਤੱਕ ਦਾ ਸਫ਼ਰ ਜਿਹੜਾ ਤੁਹਾਡਾ ਮੈਂ ਜੀ ਨਵੰਬਰ 19 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹਦੇ ਤੋਂ ਬਾਅਦ 2020 ਦੇ ਵਿੱਚ ਫਿਰ ਉਹਨਾਂ ਨੇ ਮੈਨੂੰ ਇੱਕ ਬਹੁਤ ਹੀ ਜਿਹੜਾ ਸੰਗਠਨ ਦਾ ਅਹੁਦਾ ਹੁੰਦਾ ਉਹ ਉਹਨਾਂ ਨੇ ਮੈਨੂੰ ਨਿਵਾਜਿਆ ਉਹਦੇ ਨਾਲ ਫਿਰ ਉਹ 'ਤੇ ਮੈਂ ਪੂਰਾ ਲੋਕ ਸਭਾ ਜਲੰਧਰ ਦੇ ਵਿੱਚ ਵਰਕ ਕੀਤਾ ਮਤਲਬ 9 ਦੀਆਂ 9 ਵਿਧਾਨ ਸਭਾ 'ਤੇ ਵਰਕ ਕੀਤਾ ਬਤੌਰ ਐਲਪੋਕ ਕਹਿੰਦੇ ਉਹਨੂੰ ਲੋਕ ਸਭਾ ਪੁਆਇੰਟ ਆਫ ਕੰਟੈਕਟ ਪਹਿਲੇ ਜਿਹੜੀ ਮੇਰੀ ਪੋਸਟ ਸੀਗੀ ਉਹ ਐਲਪੋਕ ਸੀ ਉਹ ਸਾਡੀ ਪਾਰਟੀ ਦੀ ਪੋਸਟ ਆ ਆਫਟਰ ਦੈਟ ਫਿਰ ਸਾਡਾ ਸੰਗਠਨ ਡਿਸੋਲਵ ਹੋ ਗਿਆ ਫਿਰ ਮੈਨੂੰ ਯੂਥ ਦਾ ਪ੍ਰਧਾਨ ਬਣਾਇਆ ਗਿਆ ਮੈਂ ਐਜ਼ ਏ ਆਪਣਾ ਯੂਥ ਕੰਮ ਕੀਤਾ ਯੂਥ ਦਾ ਕਾਫੀ ਢਾਂਚਾ ਜਿਹੜਾ ਤਿਆਰ ਕੀਤਾ ਆਪਣੀ ਪਾਰਟੀ ਲਈ ਆਫਟਰ ਦੈਟ ਆਈ ਵਾਜ਼ ਅਪੁਆਇੰਟਡ ਐਜ਼ ਲੋਕ ਸਭਾ ਇੰਚਾਰਜ ਫਿਰ ਮੈਂ ਆਪਣੀ ਸਾਰੀ ਲੋਕ ਸਭਾ ਦੁਬਾਰਾ ਦੇਖੀ ਉਹ ਤੋਂ ਬਾਅਦ ਜੀ ਸਟੇਟ ਜੁਆਇੰਟ ਸੈਕਟਰੀ ਪੰਜਾਬ ਸੋ ਇਹਨਾਂ ਅਹੁਦਿਆਂ 'ਤੇ ਮੈਨੂੰ ਪਾਰਟੀ ਨੇ ਮਾਣ ਬਖਸ਼ਿਆ ਜੀ ਕੰਮ ਕਰਦਾ ਇੰਪਰੂਵਮੈਂਟ ਟਰੱਸਟ ਜਿਹੜਾ ਇੱਕ ਡਿਪਾਰਟਮੈਂਟ ਹੈ ਨਾ ਇਹ ਹਮੇਸ਼ਾ ਵਿਵਾਦਾਂ 'ਚ ਰਹਿੰਦਾ ਜਿੱਦਾਂ ਕਾਰਪੋਰੇਸ਼ਨ ਹੁੰਦੀ ਆ ਸਿਮਿਲਰ ਪੈਰਲਲ ਇੰਪਰੂਵਮੈਂਟ ਟਰੱਸਟ ਹੁੰਦਾ ਇਹਦੇ ਨਾਲ ਬੜੇ ਵਿਵਾਦ ਜੁੜੇ ਹੁੰਦੇ ਕਰਪਸ਼ਨ ਮਤਲਬ ਪਹਿਲੀਆਂ ਪਾਰਟੀਆਂ 'ਤੇ ਬਹੁਤ ਇਲਜ਼ਾਮ ਲੱਗਦੇ ਰਹੇ ਜਿਹੜੇ ਚੇਅਰਮੈਨ ਹੁੰਦੇ ਸੀਗੇ ਜਾਂ ਇਹਨਾਂ ਦੇ ਵਰਕਿੰਗ ਜਿਹੜੇ ਵਰਕਰਸ ਹੁੰਦੇ ਸੀਗੇ ਜਿਹੜੇ ਇਹਨਾਂ ਦੇ ਅਹੁਦੇਦਾਰ ਹੁੰਦੇ ਸੀ ਉਹਨਾਂ 'ਤੇ ਬੜੇ ਇਲਜ਼ਾਮ ਲੱਗਦੇ ਤੇ ਇਹ ਬੜੀ ਮਤਲਬ ਨਾ ਕਰੂਸ਼ਲ ਜੀ ਪੋਸਟ ਹੁੰਦੀ ਹੈ ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ ਸਾਰੇ ਨੂੰ ਦੇਖੋ ਜੀ ਸਾਡੀ ਪਾਰਟੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਸਿਖਾਇਆ ਕੱਟਰ ਇਮਾਨਦਾਰ ਹਮ ਲੋਕ ਕੱਟਰ ਇਮਾਨਦਾਰ ਸੀਗੇ ਹੈਗੇ ਅਤੇ ਰਹਾਂਗੇ ਬਿਲਕੁਲ ਕੱਟੜ ਇਮਾਨਦਾਰੀ ਰਹੂਗੀ ਅਸੀਂ ਬੜੇ ਵਧੀਆ ਤਰੀਕੇ ਨਾਲ ਸੁਚੇਟਿੰਗ ਇਮਾਨਦਾਰੀ ਦੇ ਨਾਲ ਕੰਮ ਕਰਕੇ ਦਿਖਾਵਾਂਗੇ ਤੁਸੀਂ ਦੇਖਿਆ ਹੋਣਾ ਸਾਡੇ ਆਪਣੇ ਕਾਫੀ ਜਿੱਦਾਂ ਮਿਨਿਸਟਰਸ ਵੀ ਆ ਈਵਨ ਲੋਕਾਂ ਦੇ ਜਿਹੜੇ ਕਬਜ਼ੇ ਵਾਲੀ ਜਗ੍ਹਾ ਵੀ ਹੈਗੀਆਂ ਆ ਜਿੱਦਾਂ ਤੁਸੀਂ ਲੈ ਲਓ ਜਾਂ NRIs ਦੇ ਕੋਈ ਵੀ ਕਬਜ਼ੇ ਕਰ ਉਹ ਵੀ ਹੁਣ ਕਾਫੀ ਹੱਦ ਤੱਕ ਛੁੱਟ ਚੁੱਕੇ ਨੇ ਤੁਸੀਂ ਕੈਨੇਡਾ ਛੱਡਿਆ
ਤੁਸੀਂ ਕਿਹਾ ਮੋਟੀਵੇਟ ਹੋਏ ਕਿ ਦੇਸ਼ ਲਈ ਕੁਝ ਕਰਨਾ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਇਦਾਂ ਦਾ ਮਾਹੌਲ ਹੈ ਸੀ ਕੁਝ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਮੇਰੇ ਦਾਦਾ ਜੀ ਜਿਹੜੇ ਉਹ 25 ਪਿੰਡਾਂ ਦੇ ਪ੍ਰਧਾਨ ਰਹਿ ਚੁੱਕੇ ਆ 25 ਸਾਲਾਂ ਨਾਲ ਸਰਪੰਚੀ ਵੀ ਕੀਤੀ ਆ ਮੇਰੇ ਫਾਦਰ ਸਾਹਿਬ ਰਿਟਾਇਰਡ ਕਮਾਂਡੈਂਟ BSF ਚੋਂ ਉਹਨਾਂ ਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ ਵੱਲੋਂ ਅਵਾਰਡ ਵੀ ਮਿਲਿਆ ਜੀ ਉਹਨਾਂ ਦੀ ਗੁੱਡ ਸੇਵਾਵਾਂ ਵਾਸਤੇ ਅਤੇ ਹੁਣ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਨਾਨਕ ਦੇਵ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਮੈਨੂੰ ਪਾਰਟੀ ਆਮ ਆਦਮੀ ਪਾਰਟੀ ਨੇ ਮਾਣ ਬਖਸ਼ਿਆ ਚੇਅਰਮੈਨ ਇੰਪਰੂਵਮੈਂਟ ਦਾ ਸੁਲਤਾਨਪੁਰ ਦਾ ਇਹਦੇ 'ਚ ਤੁਹਾਡੀਆਂ ਮਤਲਬ ਪ੍ਰਾਇਰਟੀਜ਼ ਕੀ ਰਹਿਣਗੀਆਂ ਬੀਂਗ ਚੇਅਰਮੈਨ ਆਫ ਇੰਪਰੂਵਮੈਂਟ ਟਰੱਸਟ ਤੁਸੀਂ ਕਿਵੇਂ ਮਤਲਬ ਕਿਉਂਕਿ ਇਹਦੇ ਵਿੱਚ ਨਾ ਬੜੇ ਇੰਪਰੂਵਮੈਂਟ ਟਰੱਸਟ ਦੇ ਜਿਹੜੇ ਕੰਮ ਹੁੰਦੇ ਛੋਟੇ ਲੈਵਲ ਦੇ ਉੱਤੇ ਪਲੋਟਿੰਗ ਹੁੰਦੀ ਹੈ ਜਾਂ ਮਤਲਬ ਜਿਹੜੇ ਬਿਲੋ ਦਾ ਪਾਵਰਟੀ ਲਾਈਨ ਬੰਦੇ ਹੁੰਦੇ ਉਹਨਾਂ ਨੂੰ ਅਲੋਟ ਕਰਨੇ ਹੁੰਦੇ ਆ ਉਹਦੇ 'ਚ ਕਰਪਸ਼ਨ ਦਾ ਵੀ ਬੜਾ ਹੁੰਦਾ ਇਹ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ ਇਹਨੂੰ ਕਿੱਦਾਂ ਤੁਸੀਂ ਮਤਲਬ ਸਟਾਫ ਨਾਲ ਜਾਂ ਕਿੱਦਾਂ ਹੈਂਡਲ ਕਰੋਗੇ ਦੇਖੋ ਜੀ ਮੈਨੇਜਮੈਂਟ ਇਫ ਯੂ ਨੋ ਦਾ ਮੈਨੇਜਮੈਂਟ ਯੂ ਕੈਨ ਡੂ ਐਨੀਥਿੰਗ ਅਤੇ ਉਹ ਆਪਾਂ ਬੜੇ ਹੀ ਸੁਚੱਜੇ ਤਰੀਕੇ ਨਾਲ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਆਪਾਂ ਹੈਂਡਲ ਕਰ ਸਕਦੇ ਹਾਂ ਅਤੇ ਤੁਹਾਨੂੰ ਮੈਂ ਅੱਗੇ ਵੀ ਜਿੱਦਾਂ ਕਿਹਾ ਕੱਟਰ ਇਮਾਨਦਾਰੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕੱਟਰ ਇਮਾਨਦਾਰ ਇਮਾਨਦਾਰ ਰਹਿਣਾ ਜੀ ਇਮਾਨਦਾਰ ਬਣਾਉਣਾ ਇਮਾਨਦਾਰੀ ਹੀ ਹੋਊਗੀ ਹਰ ਵਰਗ ਨੂੰ ਭਾਵੇਂ ਉਹ ਕੋਈ ਵੀ ਵਰਗ ਹੋਵੇ ਹਰ ਵਰਗ ਨੂੰ ਉਹਦਾ ਪ੍ਰੋਪਰ ਹੱਕ ਮਿਲੂਗਾ ਤੁਹਾਡੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਵੀ ਬੜੇ ਚੁੱਕੇ ਜਾਂਦੇ ਆ ਜਿਵੇਂ ਤੁਹਾਡੀ ਪਾਰਟੀ ਦੇ ਵਿੱਚ ਹੀ ਕੁਝ ਲੀਡਰਸ ਦੀਆਂ ਆਡੀਓ ਵੀ ਵਾਇਰਲ ਹੋਈਆਂ ਸੀਗੀਆਂ ਕਰਪਸ਼ਨ ਦੀਆਂ ਅਤੇ ਕਿਤੇ ਲੱਗਦਾ ਕਿ ਤੁਹਾਡੀ ਪਾਰਟੀ ਆਪਣੇ ਬੰਦਿਆਂ ਦੇ ਪ੍ਰਤੀ ਮਤਲਬ ਐਕਸ਼ਨ ਲੈਣ ਨੂੰ ਦੇਰ ਲਾਉਂਦੀ ਆ ਜਾਂ ਜਸਟਿਸ ਕਰਦੀ ਆ ਮਤਲਬ ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਫਿਰ ਉਹੀ ਗੱਲ ਕੱਟਰ ਇਮਾਨਦਾਰੀ ਬੇਈਮਾਨੀ ਬਿਲਕੁਲ ਟੋਲਰੇਟ ਨਹੀਂ ਹੋਊਗੀ ਕੋਈ ਵੀ ਬੰਦਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਬੇਈਮਾਨੀ ਕਰੂਗਾ ਉਸ ਬੰਦੇ ਨੂੰ ਉਸੇ ਟਾਈਮ ਜਿੱਦਾਂ ਹੀ ਪਤਾ ਲੱਗੂਗਾ ਉਸੇ ਟਾਈਮ ਉਸ ਬੰਦੇ ਨੂੰ ਉਹਦੀ ਪੋਸਟ ਤੋਂ ਬਰਖਾਸਤ ਕੀਤਾ ਜਾਊਗਾ ਜਿਹੜੇ ਤੁਹਾਡੇ ਕੈਨੇਡਾ ਦੋਸਤ ਸੀਗੇ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਸੀ ਜਾਂ ਜਿਨ੍ਹਾਂ ਨਾਲ ਬਹਿਣ ਖਲੋਣ ਸੀਗਾ ਉਹਨਾਂ ਨੇ ਕਈ ਵਾਰੀ ਤਾਂ ਕਿਹਾ ਹੋਣਾ ਕਿ ਰੰਧਾਵਾ ਜੀ ਵਾਪਸ ਆ ਜਾਓ ਮਤਲਬ ਟਾਈਮ ਵੇਸਟ ਕਰ ਰਹੇ ਹੋ ਸਿਆਸਤ ਜਿਹੜਾ ਬੜਾ ਮਹਿੰਗਾ ਕੰਮ ਹੈ ਇੰਡੀਆ ਦੇ ਵਿੱਚ ਦੇਖੋ ਜੀ ਅੱਜ ਦੇ ਦਿਨ ਨੇ ਉਹਨਾਂ ਨੂੰ ਜਵਾਬ ਦਿੱਤਾ ਮੇਰੇ ਭਰਾਵਾਂ ਨੂੰ ਸੋ ਇਟਸ ਅ ਗੁੱਡ ਥਿੰਗ ਦੇਖੋ ਜੀ ਆਪਾਂ ਆ ਗਏ ਹਾਂ ਇੱਥੇ ਕੀਤਾ ਹੋਇਆ ਕੰਮ ਨੋ ਡਾਊਟ ਮਿਹਨਤ ਬਹੁਤ ਲੱਗੀ ਆ ਸਾਰਿਆਂ ਨੇ ਸਾਰੇ ਹੀ ਵਲੰਟੀਅਰਸ ਪੰਜਾਬ ਈਵਨ ਸੰਗਠਨ ਟੀਮ ਪੰਜਾਬ ਸਾਰੀ ਸੰਗਠਨ ਟੀਮ ਨੇ ਮਿਹਨਤ ਕਰਕੇ ਐਂਡ ਲੋਕਾਂ 'ਚ ਮਾਹੌਲ ਬਣਿਆ ਲੋਕਾਂ ਨੂੰ ਵਿਸ਼ਵਾਸ ਦਵਾਇਆ ਵਿਸ਼ਵਾਸ ਆਇਆ ਹੁਣ ਜੋ ਕਿਹਾ ਸੀ ਉਹ ਕੀਤਾ ਅਤੇ ਜੋ ਕਹਾਂਗੇ ਉਹ ਕਰਾਂਗੇ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਆਲਮੋਸਟ ਅਬਵ 50% ਗਰੰਟੀਆਂ ਤੁਸੀਂ ਦੇਖ ਰਹੇ ਹੋ ਪੂਰੀਆਂ ਹੋ ਗਈਆਂ ਬਾਕੀ ਜਿਹੜੀਆਂ ਰਹਿ ਗਈਆਂ ਉਹਨਾਂ 'ਤੇ ਵੀ ਵਰਕਆਊਟ ਹੋ ਰਿਹਾ ਸੋ ਜੋ ਕਿਹਾ ਸੀ ਉਹ ਕੀਤਾ ਅਤੇ ਜੋ ਕਹਾਂਗੇ ਉਹ ਕਰਾਂਗੇ ਠੀਕ ਹੈ ਰੰਧਾਵਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਪੋਸਟ ਵਾਸਤੇ ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਕੰਮ ਕਰੋ ਸੋ ਇਹ ਸਨ ਰਮਨੀਕ ਸਿੰਘ ਲੱਕੀ ਰੰਧਾਵਾ ਜਿਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਬਾਰੇ ਦੱਸਿਆ ਅਤੇ ਹੁਣ ਜਿਹੜੀ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਸੁਲਤਾਨਪੁਰ ਲੋਧੀ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਤੌਰ 'ਤੇ ਉਹ ਕਿਵੇਂ ਨਿਭਾਉਣਗੇ ਉਹਨਾਂ ਨੇ ਉਸ ਬਾਰੇ ਵੇਰਵਾ ਦਿੱਤਾ ਧੰਨਵਾਦ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ